बैगे अपने को हां बल्ब हैगी बल्ब ने ਸਾਡੇ ਕੋ ਫਿਲਮਸ ਦੇ ਵੀ ਹੈ ਹਾਂਜੀ ਅੱਜ ਕੱਲ ਉਹ ਦੂਸਰੀਆਂ ਜਿਹੜੀਆਂ ਹੈਗੀਆਂ ਨੇ ਉਹ LCD ਵੀ ਹੈਗੀਆਂ ਨੇ LED LED LCD ਨਹੀਂ LED LED ਹੋ ਜਾਂਦੀ ਭਾਜੀ ਕਿੰਨੇ ਕਿੰਨੇ ਵਾਟ ਦੀਆਂ ਨੇ ਉਹ ਭਾਜੀ 12 वोल्ट 12 ਵਾਟ ਦੀ ਆ 20 ਵਾਟ ਦੀ ਆ 30 ਵਾਟ ਦੀ ਵੀ ਆ ਤੁਸੀਂ ਇਦਾਂ ਕਰੋ 15 15000 ਵਾਟ ਦੇ ਬਲਬ ਕਰਦੇ ਹੋ 15000 ਵਾਟ ਉਹ 15000 ਵਾਟ ਦਾ ਬਲਬ ਹਾਂਜੀ ਇਹ ਸਟੇਡੀਅਮ ਚਲਾਉਣਾ ਕਿ ਕਬਰਸਤਾਨ ਚ ਲਾਉਣਾ ਜਾਂ ਝਾਲ ਵਾਲੇ ਪੁਲ ਤੇ ਲਾਉਣਾ ਵਾ ਵੀ ਸਲੀਮੀ ਚੌਂਕ ਤੇ ਕਰ ਰੋਸ਼ਨੀ ਆਉਂਦੀ ਰਵੇ ਇਹਦੇ ਲੋਸ਼ਨੀ ਲੜਨ ਪੈਣੇ ਉਹ ਲੜਨ ਨਹੀਂ ਪੈਂਦੇ ਭਰਾਵਾ ਤੂੰ ਗਾਕ ਬਣ ਤੂੰ ਕੀ ਸਾਡੇ ਨਾਲ ਕਰਨ ਡਿਆ ਸਾਡਾ ਆਪਦਾ ਬਲਫਿਊਜ਼ ਹੋਇਆ ਹੈ ਤੁਸੀਂ ਕੋ ਮਜ਼ਾਕ ਕਰਨ ਡੈ ਜੇ ਕਿਹੜਾ ਬਲਫਿਊਜ਼ ਹੋਇਆ ਅੰਦਰ ਲਾ ਉਹ ਵੀ ਬਦਲ ਲਾਂਗੇ ਅੱਛਾ ਗੱਲ ਸੁਣ ਕਾਕਾ ਜੋ ਜੋ ਲੈਣਾ ਵਾ ਉਹ ਲਖਾਰਾ ਤੋਂ ਮੁੜ ਕੇ ਤੇਰਾ ਸਮਾਨ ਅਸੀਂ ਕੱਢੀਏ ਐਦਾਂ ਨਹੀਂ ਹੁੰਦਾ ਜਿਹੜਾ ਤਰੀਕਾਕਾਰ ਆ ਨਾ ਉਹਦੇ ਮੁਤਾਬਕ ਤੈਨੂੰ ਸੌਦਾ ਦੇਾਂਗੇ ਭਾਈ ਨੇ ਮੈਂ ਲਖਾ ਰਿਹਾ ਹਾਂ ਲਖਾ ਰਿਹਾ ਹਾਂ ਚਾਵਲ ਤੂੰ ਖਾਏ ਆ ਦਾਲ ਲਖਾਈ ਆ ਹੁਣ ਬਲਬ ਲਖਾਏ ਆ ਹੁਣ ਉਹ ਬਲਬ ਕਿੰਨੇ ਲੈਣੇ ਕਿਉਂ ਕਿਹੜਾ ਆਪਣੇ ਕੋਲ ਅੱਛਾ ਕਿਉਂ ਦਾਲ ਦਾ ਉਹ ਕਸ਼ਮੀਰ ਵੀ ਹੋਏਗਾ ਸੂਫੀ ਵੀ ਹੋਏਗਾ ਖੈਬਰ ਵੀ ਹੋਏਗਾ ਆ ਬਸ ਠੀਕ ਹੈ ਦਾਲ ਦਾ ਇੰਨਾ ਕਰਦੇ ਹੋ ਕਿ ਅ 30 ਫੁੱਟ ਕਿਉਂ ਕਰਦੇ ਹੋ 30 ਫੁੱਟ ਕਿਉਂ ਉਹਦਾ ਸੂਟ ਸੁਵਾਉਣਾ ਤੂੰ ਉਹ 30 ਫੁੱਟ ਕਿਹੜਾ ਹੁੰਦਾ ਵਾ ਤੂੰ ਕੋ ਰੋਕਿਓ ਲੈਣ ਆਇਆ ਹੈ ਕਿ ਪਾਈਪ ਲੈਣ ਆਇਆ ਹੈ 3 ਫੁੱਟ ਦਾ ਕਿਉ ਕਿੱਥੇ ਬਣਦਾ ਹੈ ਘਰ ਦੀਏਕ ਪਕਾਉਣੀ ਆ ਕਿ ਲਾਲ ਪੰਪ ਲਵਾਉਣਾ ਮਤਲਬ ਮਤਲਬ ਕੀ ਵੀ ਆ 30 ਫੁੱਟ ਤੈਨੂੰ ਕਿਹੜਾ ਕਿਉ ਦੇ ਦਈਏ ਸੀ ਹੈ ਉਹ 30 ਫੁੱਟ ਬੋਰ ਹੁੰਦਾ ਥੱਲੇ ਜ਼ਮੀਨ ਤੇ ਆ ਮੁੰਡਾ ਬਹੁਤ ਬੋਲਦਾ ਜੀ ਜੀਦਾ ਜੂਏ ਮਾਰ ਦਿਓ ਉਹ ਚੁੱਪ ਕਰ ਓਏ ਮੁੰਡਾ ਬਹੁਤ ਦਾਗ ਨਾਲ ਏਦਾਂ ਨਹੀਂ ਉਹ ਭਾਜੀ ਖਪਾਈ ਜਾਂਦਾ ਕਦੋਂ ਨਾ ਕਦੇ ਟਾਈਮ ਦੱਸ ਕੀ ਹੋਇਆ ਕਦੀ ਐਡਾ ਵੱਡਾ ਬਲਵ ਉਹ ਪੁੱਤ ਗੱਲ ਸੁਣ ਗਾਹਕ ਰੱਬ ਦਾ ਰੂਪ ਹੁੰਦਾ ਵਾ ਚੱਲ ਜੋ ਕਹਿੰਦਾ ਕਿਹੜੀ ਕੋ ਗੱਲ ਆ ਕੋਈ ਦੁਕਾਨ ਬੰਦ ਕਰਦਾ ਟਾਈਮ ਅਸੀਂ ਜਾਣਾ ਵਾ ਉਹ ਕੋਈ ਨਹੀਂ ਖੈਰ ਆ ਤੁਸੀਂ ਲਿਖਾਓ ਜੀ ਸੌਦਾ ਜਨਾਬ ਕਿ ਉਹ ਤੁਹਾਨੂੰ ਕਿੰਨਾ ਚਾਹੀਦਾ ਵਾ ਅੰਡੇ ਦੀਆਂ ਜ਼ਰਦੀਆਂ ਕਰ ਦਿਓ ਤੁਸੀਂ 2 ਮਣ ਓਏ ਅੰਡੇ ਦਰਜਣ ਹੁੰਦੇ ਆ ਜਾਂ 2.5 ਦਰਜਣਾਂ ਦੀ ਟ੍ਰੇ ਹੁੰਦੀ ਆ ਨਹੀਂ ਮੈਨੂੰ ਸਫੇਦੀਆਂ ਨਹੀਂ ਨਾ ਚਾਹੀਦੀਆਂ ਮੈਨੂੰ ਕੱਲੀਆਂ ਜ਼ਰਦੀਆਂ ਚਾਹੀਦੀਆਂ ਅੰਡਿਆਂ ਦੀਆਂ ਹਾਂ ਆ ਤੇ ਲੈ ਜਾ ਤੂੰ ਘਰ ਜਾ ਕੇ ਜ਼ਰਦੀਆਂ علیحدਾਂ ਕਰ ਲਈ ਨਹੀਂ ਨਹੀਂ ਉਹ ਤੁਸੀਂ ਆਪੀ ਕਰਕੇ ਦੇਣੀਆਂ ਕਾਦੇ ਲਈ ਐਡਾ ਸਾਡੇ ਚ ਕਿਹੜਾ ਟੈਕਨੀਕਲ ਬੰਦਾ ਤੁਹਾਨੂੰ ਨਜ਼ਰ ਆਂਦਿਆ ਭਾਈ ਅਸੀਂ ਪਹਿਲੇ ਇੱਥੇ ਅੰਡੇ ਤੋੜੀਏ ਉਹਦੇ ਵਿੱਚੋਂ ਜ਼ਰਦੀ ਲੈਂਦਾ ਕਰੀਏ ਸਫੇਦੀ ਲੈਂਦਾ ਕਰੀਏ ਤੇ ਮੈਂ ਪੈਸੇ ਕੱ ਲਈ ਜ਼ਰਦੀ ਦੇ ਦੇਣੇ ਆ ਤੇ ਬਾਕੀ ਜਿਹੜੀ ਉਹ ਸਫੈਦੀ ਉਹ ਕੀ ਨਹੀਂ ਲੈਣੀ ਉਹ ਖਾਕੂ ਲਈਓ ਤੁਸੀਂ ਲੈ ਠੱਕੇ ਮਾਰਨੇ ਆ ਸੀ ਉਹਦੇ ਖਾਕੂ ਲਈਓ ਬੜਾ ਆਸਾਨ ਕਰਨੀ ਆ ਮੂੰਫਲੀ ਲਈ ਆ ਤੁਹਾਡੇ ਕੋ ਚਾਚਾ ਕਲੱਬ ਚ ਐਕਸਰਸਾਈਜ਼ ਕਰਦਾ ਨਾ ਇਹਨੂੰ ਬੜੀ ਸਫੈਦੀ ਦੀ ਲੋੜ ਆ ਉਹ ਸਫੈਦੀ ਇੱਥੇ ਓਖੜੋ ਜਾਂ ਸਿੱਧੇ ਆ ਇੱਥੇ ਚੂਨਾ ਸਫੈਦੀ ਕਰਨੀ ਆ ਸੀ ਮੇਰੀ ਗੱਲ ਸੁਣ ਕਲੱਬ ਵੀ ਜਾਂਦੇ ਆ ਤੁਸੀਂ ਉਹ ਕਲੱਬ ਜਾਂਦੇ ਆ ਸਵੇਰੇ ਬਡੀ ਬਿਲਡਿੰਗ ਉਹ ਆਹ ਹੋ ਜਰਾ ਧੁੰਦਾ ਵਾ ਬਾਗਮੂਗਲੀ ਚਲੀ ਜਾਇਆ ਅੱਗੇ ਅਗਲੇ ਬਾਗ ਅੱਛਾ ਹਾਂਜੀ ਇਹਨੂੰ ਕਿਸੇ ਨੇ ਕਿਹਾ ਵੀ ਵੇਟ ਚੁੱਕ ਵਹਾ ਹਾਂ ਹਾਂ ਚ ਚੁੱਕ ਵਹਾਤਾ ਲੈ ਆ ਘਰੇ ਚੁੱਕੇ ਉਹ ਨਲੈਕਾ ਜਿਹੜਾ ਕੋ ਗਾਂ ਕਾਇਆ ਉਹ ਗੱਲ ਕਰ ਉਹਦੇ ਨਾਲ ਜਾਣੇ ਗੱਲ ਆ ਵੀ ਯਾਰ ਤੂੰ ਛੱਡ ਇਸ ਗੱਲ ਨੂੰ ਵੀਰੇ ਤੂੰ ਜੋ ਜੋ ਸੌਦਾ ਲੈਣਾ ਵਾ ਮੈਨੂੰ ਲਿਖਾ ਦੇ ਫਿਰ ਟਾਈਮ ਨਾਲ ਤੇਰਾ ਅਸੀਂ ਸੌਦਾ ਬੰਦ ਲਈਏ ਤੇ ਇਥੋਂ ਮੁੰਡਾ ਛੇੜ ਕੋਈ ਸਵੇਰ ਦਾ ਬੱਚਾ ਨਹੀਂ ਵੱਡਿਆ ਦੁਕਾਨ ਤੇ ਆ ਕੇ ਐਸਾ ਨੈਸ਼ ਬੈਠਾ ਵਾ ਸਮਝ ਲੱਗੀ ਨਾ ਤੁਸੀਂ ਨਬੇੜ ਨੂੰ ਟੁਰ ਚਲਦਾ ਕਰਾਓ ਟਾਈਮ ਕੀ ਹੈ ਮੈਂ ਕਿਹਨਾਂ ਬੰਦਾ ਬੰਦਾ ਨਹੀਂ ਤੂੰ ਹੁਣ ਉਹ ਟਾਈਮ ਪਾਜੀ ਹੁਣ 4 ਵਜ ਗਏ ਟਾਈਮ ਕੀ ਐ ਟਾਈਮ ਕੀ ਤੂੰ ਸਾਡੀ ਇੱਜ਼ਤ ਨੂੰ ਲਲਕਾਰਨਾ ਪਿਆ ਵਾ ਨਹੀਂ ਕਦੀ ਤੁਸੀਂ ਕਹਿੰਨੇ ਪੌਣੇ 4 ਹੋਏ ਆ ਕਦੀ ਹੁਣ ਤੂੰ 4 ਵਜਾਤੇ ਆ ਮੁਸਲਮਾਨ ਦੀ ਇੱਕ ਜ਼ਬਾਨ ਹੁੰਦੀ ਵੈਸੇ ਉਹ ਮੁਸਲਮਾਨ ਦੀ ਇੱਕ ਜ਼ਬਾਨ ਹੁੰਦੀ ਆ ਘੜੀ ਦੀਆਂ ਤਿੰਨ ਸੂਈਆਂ ਹੁੰਦੀਆਂ ਵਾ ਸਕਿੰਟਾਂ ਵਾਲੀ ਮਿੰਟਾਂ ਵਾਲੀ ਘੰਟਿਆਂ ਵਾਲੀ ਹੁਣ ਗਾਂਹ ਟਾਈਮ ਲੰਘ ਨਹੀਂ ਰਿਹਾ ਤੈਨੂੰ ਉਹੀ ਟਾਈਮ ਪੌਣੇ 4 ਹੀ ਦਸੀ ਜਦੋਂ ਮੈਂ ਆਇਆ ਉਦੋਂ ਤੁਸੀਂ ਦੱਸਿਆ ਪੌਣੇ 4 ਹੋਏ ਆ ਹੁਣ ਤੁਸੀਂ ਕਹਿੰਨੇ 4 ਹੋ ਗਏ ਤੇ 15 ਮਿੰਟ ਨਹੀਂ ਹੋ ਗਏ ਇਸ ਗੱਲ ਨੂੰ ਤੇਰੀ ਸਮਝ ਹੋ ਗਈ ਜਦੋਂ ਤੇੜੀ ਵੀਰੇ ਘੜੀ ਦੀ ਸੂਈ ਚਲਦੀ ਪਈ ਆ ਹੁਣ ਦੁਬਾਰਾ ਕੋਈ ਲਫਜ਼ ਟਾਈਮ ਵਾਲਾ ਮੋਹ ਨਹੀਂ ਘਟਣਾ ਇੱਕ ਗੱਲ ਕਰੋ ਨਾ ਤੁਸੀਂ ਕੀ ਉਦੋਂ ਪੌਣੇ 4 ਹੁਣ 4 ਤੁਸੀਂ ਘੜੀ ਦਾ ਸੈੱਲ ਕਰ ਦਿਓ ਭਾਜੀ ਹੁਣ 4 ਰੱਖੋ ਸੈੱਲ ਕੱਢ ਦਾ ਮਤਲਬ ਟਾਈਮ ਰੋਕ ਦੇ ਜੀ ਉਹ ਸੇ ਰੁਕ ਜਾਊਗਾ ਟਾਈਮ ਅੱਜ ਇੰਨਾ ਚਿਰ ਮੈਂ ਬੈਠਾ ਆ ਹੁਣ ਚਿਰ ਕੱਢ ਦਿਓ ਸੈੱਲ ਕੋਈ ਮਸਲੇ ਨਹੀਂ ਆ ਸਰ ਤੁਸੀਂ ਸਾਡੇ ਸੈੱਲ ਕੱਢਣ ਨੂੰ ਫਿਰ ਲੈ ਅਜੇ ਸੌਦਾ ਪੁੱਛੋ ਬੂਟ